ਸਖ਼ਤ ਮਿਹਨਤ ਕਰਕੇ ਜਦੋਂ ਕੋਈ ਕਲਾਕਾਰ ਕਾਮਯਾਬ ਹੋ ਜਾਂਦਾ ਹੈ ਤਾਂ ਉਹ ਮਾੜੇ ਟਾਈਮ ਵਿੱਚ ਦੇਖੇ ਆਪਣੇ ਸਾਰੇ ਸੁਪਨੇ ਪੂਰੇ ਕਰਦਾ ਹੈ ਅਤੇ ਆਪਣੇ ਗੀਤਾਂ ਜਾਂ ਹੋਰ ਵੀਡੀਓ ਵਿੱਚ ਫਿਰ ਮਹਿੰਗੇ ਬ੍ਰਾਂਡ ਦੇ ਕੱਪੜੇ ਪਾ ਕੇ ਵੀਡੀਓ ਆਪਣੇ ਚਾਹੁਣ ਵਾਲਿਆਂ ਨਾਲ ਸ਼ੇਅਰ ਕਰਦਾ ਹੈ। ਅਤੇ ਦੋਸਤੋ, ਹੁਣ ਪੰਜਾਬੀ ਸਿੰਗਰ ਕਰਨ ਔਜਲਾ ਵੱਲੋਂ ਬਹੁਤ ਸਾਰੇ ਗੀਤਾਂ ਵਿੱਚ ਪਾਏ ਮਹਿੰਗੇ ਬ੍ਰਾਂਡ ਦੇ ਕੱਪੜਿਆਂ 'ਤੇ ਇਸ ਮੁੰਡੇ ਨੇ ਕਰਨ ਔਜਲਾ ਨੂੰ ਫੁਕਰਾ ਕਹਿੰਦੇ ਹੋਏ ਇੱਕ ਵੀਡੀਓ ਸ਼ੇਅਰ ਕੀਤੀ ਹੈ। ਤੁਸੀਂ ਵੀ ਦੇਖੋ ਇਸ ਮੁੰਡੇ ਦੀ ਇਹ ਵੀਡੀਓ ਅਤੇ ਫਿਰ ਤੁਹਾਨੂੰ ਦਿਖਾਉਂਦੇ ਵਾਂ ਕਿ ਕਰਨ ਔਜਲਾ ਨੇ ਇਸ ਦਾ ਕੀ ਰਿਪਲਾਈ ਕੀਤਾ। ਮੇਰਾ ਤਕੜਾ ਫੁਕਰਾ ਹੈ ਕਰਨ ਔਜਲਾ, ਆਹ ਕੀ ਹੋਇਆ? ਮੈਨੂੰ ਪਹਿਲੇ ਇਵੇਂ ਲੱਗਾ ਸੀ ਕਿ ਵਿੱਚੋਂ ਕੁਛ ਨਾ ਜੇਬ ਦੇ ਵਿੱਚੋਂ ਕੋਈ ਲੱਭ ਰਿਹਾ ਹੋਵੇ, ਪਰ ਉਹ ਲੱਭ ਨਹੀਂ ਰਿਹਾ ਹੈਗਾ। ਇਹ ਦਿਖਾ ਰਿਹਾ ਕਿ ਆਪਣਾ ਜਿਹੜੀ ਕੰਪਨੀ ਦਿਖਾ ਰਿਹਾ ਕਿ ਮੇਰਾ ਦੇਖੋ ਕਿੰਨੇ ਮਹਿੰਗੇ ਮੈਂ ਕੱਪੜੇ ਪਾਏ ਹੋਏ ਨੇ। ਫਿਰ ਮੁੜ ਕੇ ਉਹਨੇ ਘੜੀ ਵੀ ਦਿਖਾਈ ਕਿ ਦੇਖੋ ਮੇਰੀ ਘੜੀ ਦੇਖੋ। ਵੀਰੇ, ਤੁਸੀਂ ਆਪਣੇ ਯੂਥ ਨੂੰ ਕਿੱਧਰ? ਇਸ ਵੀਡੀਓ 'ਤੇ ਕਰਨ ਔਜਲਾ ਵੀ ਚੁੱਪ ਨਹੀਂ ਰਿਹਾ ਅਤੇ ਕਮੈਂਟ ਕਰਦੇ ਹੋਏ ਲਿਖਿਆ ਕਿ ਉਹ ਜਾਓ ਭਰਾਵਾ, ਕਿਉਂ ਨਾ ਦਿਖਾਈਏ। ਸਾਲਿਆ, ਛੋਟੇ ਛੋਟੇ ਹੁੰਦੇ ਸੀ ਜਦੋਂ ਸਾਡੇ ਸੁਪਨੇ ਸੀ ਅਤੇ ਅੱਜ ਵਾਹਿਗੁਰੂ ਨੇ ਪੂਰੇ ਕਰਤੇ, ਤੇਰੇ ਕਾਹਦੀ ਮੱਖ ਲੜਦੀ ਆ। ਆ ਸੀਟ 'ਤੇ ਬੈਠ ਕੇ ਕਿਸੇ ਨੂੰ ਫੁਕਰਾ ਕਹਿਣਾ ਬਹੁਤ ਸੌਖਾ। ਇਸ ਦੇ ਨਾਲ ਹੀ ਕਰਨ ਔਜਲਾ ਨੇ ਲਿਖਿਆ ਕਿ ਤੂੰ ਲੈਣਾ ਕੀ ਆ, ਮੇਰੀ ਜ਼ਿੰਦਗੀ ਮੈਂ ਕਮਾਇਆ, ਮੈਂ ਉਡਾਉਣਾ। ਇੱਥੇ ਤੱਕ ਆਉਣ ਨੂੰ ਟਾਈਮ ਪਤਾ ਕਿੰਨਾ ਲੱਗਿਆ। ਕਦੇ ਬੇਬੇ ਬਾਪੂ ਤੋਂ ਬਿਨਾਂ ਇੱਕ ਰਾਤ ਕੱਟ ਕੇ ਦੇਖੀ, ਤੈਨੂੰ ਨੀਂਦ ਨਹੀਂ ਆਉਣੀ। ਆਪਣੇ ਅਗਲੇ ਕਮੈਂਟ 'ਚ ਕਰਨ ਔਜਲਾ ਨੇ ਲਿਖਿਆ, ਜਿਹਦਾ ਦਿਲ ਕਰਦਾ ਆ ਕੇ ਕੁਝ ਨਾ ਕੁਝ ਲਿਖ ਦਿੰਦਾ। ਤੁਹਾਡੇ ਵਰਗਿਆਂ ਕਰਕੇ ਹੀ ਆਪਣੇ ਬੰਦੇ ਆਪਣੇ ਨਾਲ ਹੀ ਲੜੀ ਜਾਂਦੇ ਆ। ਸਵਾਦ ਲਓ, ਖਾਰ ਨਾ ਖਾਓ। ਆਪਣੇ ਆਖਰੀ ਕਮੈਂਟ ਵਿੱਚ ਕਰਨ ਔਜਲਾ ਨੇ ਲਿਖਿਆ ਕਿ ਨਾਲੇ ਆਪਣੇ ਚਾਚੇ ਨੂੰ ਫੋਲੋ ਕਰਦਾ ਅਤੇ ਨਾਲੇ ਫੁਕਰਾ ਦੱਸੀ ਜਾਂਦਾ। ਹੁਣ ਗੱਲ ਕਰਦੇ ਹਾਂ ਮਾਤਾ ਚਰਨ ਕੌਰ ਦੀ, ਜਿਹੜੇ ਕਿ ਅੱਜ ਆਪਣੇ ਪੁੱਤ ਦੇ ਇੰਸਟਾਗ੍ਰਾਮ 'ਤੇ ਪਾਈ ਪੋਸਟ 'ਤੇ ਬੋਲੇ ਹਨ। ਮਾਤਾ ਚਰਨ ਕੌਰ ਨੇ ਸਿੱਧੂ ਮੂਸੇਵਾਲਾ ਦੀ ਇਸ ਫੋਟੋ 'ਤੇ ਕਮੈਂਟ ਕਰਦੇ ਹੋਏ ਲਿਖਿਆ ਕਿ ਮੇਰਾ ਸੋਹਣਾ ਪੁੱਤ, ਮੇਰੀ ਜਿੰਦ ਜਾਨ। ਮਿਹਨਤ ਮੇਰੀ ਰਹਿਮਤ ਖੁਦਾ ਦੀ, ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਰ, ਚਮਤਕਾਰ ਹੁੰਦੇ ਦੇਖੋ ਆਪਣੀਆਂ ਅੱਖਾਂ ਸਾਹਮਣੇ। 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ। ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਵਿਦੇਸ਼ 'ਚ ਪੱਕਾ ਹੋਣਾ, ਜਾਦੂ ਟੂਣੇ ਅਤੇ ਕੀਤੇ ਕਿਰਾਏ ਦਾ ਖਾਤਮਾ, ਗੁਪਤ ਵਸ਼ੀਕਰਨ ਕਰਵਾਓ, ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ, ਲਾਟਰੀ ਨੰਬਰ ਪਾਓ 649 ਹੋਵੇ ਚਾਹੇ ਲੋਟੋ ਮੈਕਸ, ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। ਸੰਪਰਕ ਕਰੋ ਬਾਬਾ ਅਕਰਮ ਖਾਨ, 99 158 28 343।